ਮੇਰਾ ਮਰਨ ਮਰ ਜਾਰੀ ਰਹੇਗਾ। ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਅਸੀਂ MSP ਗਰੰਟੀ ਕਾਨੂੰਨ ਦੀ ਲੜ ਰਹੇ ਹਾਂ। ਇੱਥੇ ਇਹਨਾਂ ਤੋਂ ਆਪਾਂ ਇਲਾਜ ਕੀ ਕਰਵਾਉਣਾ ਸੀ? ਇਹਨਾਂ ਨੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਟ੍ਰੀਟਮੈਂਟ ਕਰਨ ਵਾਸਤੇ ਲਿਆਂਦਾ ਸੀ, ਆਪਦੀ ਉਸ ਗੱਲ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ। ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ ਸਾਨੂੰ ਇੱਥੋਂ ਚੱਕ ਕੇ ਇਸ ਮੋਰਚੇ ਨੂੰ ਡੈਮੇਜ ਕਰਨ ਦਾ, ਤਾਂ ਮੈਂ ਸਮਝ ਲਾਂ ਕਿ ਪੰਜਾਬ ਸਰਕਾਰ ਨੇ ਆਪਦੇ ਸੂਬੇ ਨਾਲ ਇੱਕ ਤਰ੍ਹਾਂ ਨਾਲ ਧਰੋਹ ਕਮਾਇਆ। ਕਿ ਜਦੋਂ ਮੈਨੂੰ ਤਕਲੀਫ ਹੀ ਕੋਈ ਨਹੀਂ ਸੀ ਤਾਂ ਉੱਥੇ ਲਿਜਾਣ ਵਾਲੀ ਹਜੇ ਲੋੜ ਕੀ ਸੀ? ਸੰਗਤ ਨੇ ਪੂਰੀ ਤਾਕਤ ਝੋਕ ਕੇ ਸਰਕਾਰ ਨੂੰ ਪਿਛਲ ਪੈਰੀ ਮੋੜਿਆ ਹੈ, ਤਾਂ ਫਿਰ ਉਹ ਸਰਕਾਰ ਉਹ ਸੰਗਤ ਦਾ ਹੌਸਲਾ ਹੈ, ਉਸ ਹੌਸਲੇ ਦੇ ਨਾਲ ਸੰਗਤ ਨੂੰ ਚੰਗਾ ਲੱਗ ਰਿਹਾ ਹੈ ਕਿ ਜੇ ਮੈਨੂੰ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਭਾਵੇਂ ਉਹਨਾਂ ਨੇ ਥਾਣਾ ਆਪਣਾ ਹੌਸਪੀਟਲ 'ਚ ਰੱਖਿਆ, ਲੇਕਿਨ ਇੱਕ ਉਹਨਾਂ ਨੇ ਡਿਟੇਨ ਕਰਕੇ ਰੱਖਿਆ ਹੋਇਆ ਔਰ ਪੁਲਿਸ ਦੀ ਕਸਟਡੀ 'ਚੋਂ ਜੇ ਬਾਹਰ ਕਢਵਾਇਆ ਹੈ, ਤਾਂ ਇਹ ਸੰਗਤ ਦੇ ਇਸ ਜੋਸ਼ ਨੇ, ਸੰਗਤ ਦੇ ਇਸ ਰੋਹ ਨੇ। ਦੇਖੋ ਸਵਾਲ ਇਹ ਹੈ ਕਿ ਸਿਹਤ ਵਾਹਿਗੁਰੂ ਦੇ ਹੁਕਮ ਨਾਲ ਬਹੁਤ ਚੜ੍ਹਦੀ ਕਲਾ 'ਚ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਹਜੇ ਤਾਂ ਦਿਨ 4 ਹੀ ਹੋਏ ਨੇ ਆਪਾਂ ਨੂੰ ਅਨਸ਼ਨ ਸ਼ੁਰੂ ਹੋਏ ਨੂੰ, 4 ਦਿਨਾਂ ਦੇ ਵਿੱਚ ਕੁਛ ਨਹੀਂ ਹੋਣ ਲੱਗਿਆ, ਹਜੇ ਮਤਲਬ ਚੱਲਾਂਗੇ, ਮਤਲਬ ਲੰਬਾ ਲੜਾਈ। ਸਰਕਾਰ ਦਾ ਸੀ ਕਿ ਮਰਨ ਵਰਤਾ ਜਿਹੜਾ ਫੇਲ ਕਰਾਦੀ ਨਹੀਂ ਹੋ ਸਕਿਆ? ਦੇਖੋ ਸਰਕਾਰਾਂ ਦੀ ਮਨਸ਼ਾ ਸੀ ਇਹ, ਮੈਂ ਕਹੂੰਗਾ ਸਰਕਾਰ ਦੀ ਇਕੱਲੀ ਇੰਨੀ ਮਨਸ਼ਾ ਨਹੀਂ, ਜੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਸਰਕਾਰ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਹੱਥ ਠੋਕੀ ਬਣ ਕੇ ਬੈਠ ਗਈ। ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ ਸਾਨੂੰ ਇੱਥੋਂ ਚੱਕ ਕੇ ਇਸ ਮੋਰਚੇ ਨੂੰ ਡੈਮੇਜ ਕਰਨ ਦਾ, ਤਾਂ ਮੈਂ ਸਮਝ ਲਾਂ ਕਿ ਪੰਜਾਬ ਸਰਕਾਰ ਨੇ ਆਪਦੇ ਸੂਬੇ ਨਾਲ ਇੱਕ ਤਰ੍ਹਾਂ ਨਾਲ ਧਰੋਹ ਕਮਾਇਆ ਹੈ, ਧੋਖਾ ਕੀਤਾ ਪੰਜਾਬ ਨਾਲ। ਕਿਉਂਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਅਸੀਂ MSP ਗਰੰਟੀ ਕਾਨੂੰਨ ਦੀ ਲੜ ਰਹੇ ਹਾਂ। ਅਗਰ MSP ਗਰੰਟੀ ਕਾਨੂੰਨ ਬਣੇਗਾ, ਤਦੇ ਹੀ ਤਾਂ ਕਿਸਾਨ ਦੂਸਰੀਆਂ ਫਸਲਾਂ ਵੱਲ ਆਪਣੇ ਆਪ ਨੂੰ ਮੋੜਨਗੇ। ਜਿਹੜੀ ਡਾਇਵਰਸੀਫਿਕੇਸ਼ਨ ਦੀ ਰੋਜ਼ ਗੱਲ ਕੀਤੀ ਜਾਂਦੀ ਹੈ, ਔਰ ਉਹ ਡਾਇਵਰਸੀਫਿਕੇਸ਼ਨ ਅਗਰ ਆਏਗੀ ਤਾਂ ਪੰਜਾਬ ਦਾ ਪਾਣੀ ਬਚੇਗਾ, ਪੰਜਾਬ ਦਾ ਜਿਹੜੀ ਪੰਜਾਬ ਦੇ ਸਿਰ ਦੇ ਉੱਤੇ ਪੋਲੂਸ਼ਨ ਦੇ ਤਲਵਾਰ ਰੋਜ਼ ਲਟਕਦੀ ਹੈ, ਉਹਦੇ ਤੋਂ ਬਚਾਂਗੇ। ਔਰ ਜਿਹੜੀ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ, ਇਹ ਬਿਜਲੀ ਇੰਡਸਟਰੀ ਨੂੰ ਜਾਏਗੀ, ਡਿਵੈਲਪਮੈਂਟ ਹੋਏਗੀ, ਕਿਸਾਨ ਸਮਰੱਥ ਹੋਏਗਾ, ਤਾਂ ਉਹਦੇ ਨਾਲ ਆਪਣੇ ਆਪ ਕਿਸਾਨ ਦੀ ਪਰਚੇਜਿੰਗ ਪਾਵਰ ਵਧੇਗੀ। ਜੇ ਪਰਚੇਜਿੰਗ ਪਾਵਰ ਵਧੇਗੀ ਤਾਂ ਉਹ ਕੋਈ ਇਕੱਲੇ ਕਿਸਾਨ ਦੀ ਨਹੀਂ ਵਧੇਗੀ, ਪੂਰੇ ਪੰਜਾਬ ਦੀ GDP, ਪੰਜਾਬ ਦਾ ਵਿਕਾਸ ਉਹਦੇ ਚ ਛੁਪਿਆ ਹੋਇਆ ਹੈ। ਕੇਂਦਰ ਦੇ ਨਾਲ ਲੜਾਈ ਹੈ, ਸੰਘਰਸ਼ ਹੈ ਲੰਬੇ ਸਮੇਂ ਤੋਂ, ਮੰਗਾਂ ਵੀ ਕੇਂਦਰ ਦੀਆਂ ਨੇ, ਤੇ ਕੀ ਲੱਗਦਾ ਪੰਜਾਬ ਦੀ ਐਂਟਰੀ ਕਿਵੇਂ ਦੇਖ? ਨਹੀਂ ਦੇਖੋ, ਮੈਂ ਪਹਿਲੀ ਗੱਲ ਕਹੀ ਹੈ ਕਿ ਪੰਜਾਬ ਨੇ ਇੱਥੇ ਕੇਂਦਰ ਦੀ ਹੱਥ ਠੋਕੀ ਬਣ ਕੇ ਇਹ ਕਰਤੂਤ ਕੀਤੀ ਹੈ, ਜਿਹੜੀ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ, ਔਰ ਇਹਨੂੰ ਕਿਸਾਨ ਮਤਲਬ ਸਬਕ ਸਿਖਾਉਣਗੇ, ਇਹਨੂੰ ਇੰਨਾ ਮਤਲਬ ਹਲਕੇ 'ਚ ਨਹੀਂ ਲੈਣਗੇ ਲੋਕ। ਦੇਖੋ ਮਰਨ ਵਰਤ, ਹਾਂਜੀ, ਤੁਸੀਂ ਲੁਧਿਆਣਾ 'ਚ ਵੀ ਕਿਹਾ ਜਦੋਂ ਬਾਹਰ ਆਏ, ਤੁਸੀਂ ਕਿਹਾ ਕਿ ਨਾ BP ਚੈੱਕ ਹੋਇਆ ਨਾ ਬਿਲਕੁਲ, ਕਿਵੇਂ ਇਲਾਜ ਨੂੰ ਕਿਵੇਂ ਦੇਖਦੇ ਹੋ, ਜਿਹੜਾ ਇਲਾਜ ਹੋਇਆ ਨਹੀਂ ਹੋਇਆ? ਸਵਾਲ ਇਹ ਹੈ ਕਿ ਇਲਾਜ ਦਾ ਤਾਂ ਇੱਥੇ ਨਾ, ਤੋਂ ਆਪਾਂ ਇਲਾਜ ਕੀ ਕਰਵਾਉਣਾ ਸੀ? ਮੇਰਾ ਖਿਆਲ ਤੁਹਾਨੂੰ ਪਤਾ ਹੋਵੇਗਾ, ਕੁਛ ਮੇਰੀ ਮੈਡੀਸਨ ਪਹਿਲਾਂ ਚੱਲਦੀ ਸੀ, ਔਰ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ 2 ਦਿਨ ਪਹਿਲਾਂ ਮੈਂ ਆਪਦੀ ਉਹ ਵੀ ਮੈਡੀਸਨ ਸਾਰੀ ਮਤਲਬ ਛੱਡਤੀ ਸੀ, ਔਰ ਮੈਂ ਕੋਈ ਮੈਡੀਸਨ ਨਹੀਂ ਲੈ ਰਿਹਾ। ਅਤੇ ਇਹਨਾਂ ਤੋਂ ਆਪਾਂ ਇਲਾਜ ਕੀ ਕਰਵਾਉਣਾ ਸੀ? ਇਹਨਾਂ ਤੋਂ ਤਾਂ ਮਤਲਬ ਜਿਹੜਾ BP ਚੈੱਕ ਕਰਨ ਦੀ ਹੈ ਗੱਲ, ਉਹ ਵੀ ਬਾਰ ਬਾਰ ਮਤਲਬ ਹੜੇ ਕੱਢਦੇ ਰਹਿ ਕੇ BP ਚੈੱਕ ਕਰ ਲੈਣ ਦਿਓ, ਤਾਂ ਮੈਨੂੰ ਵੀ ਪਤਾ ਇਸ ਗੱਲ ਦਾ ਕਿ ਜਿਹੜਾ BP ਚੈੱਕ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਟ੍ਰੀਟਮੈਂਟ ਕਰਨ ਵਾਸਤੇ ਲਿਆਂਦਾ ਸੀ, ਆਪਦੀ ਉਸ ਗੱਲ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ, ਜਿਹੜਾ ਉਹ ਸਾਨੂੰ ਉੱਥੋਂ ਡਿਟੇਨ ਕਰਕੇ ਲੈ ਕੇ ਗਏ। ਪੁਲਿਸ ਦਾ ਦਾਅਵਾ ਸੀ ਕਿ ਸਾਡੇ ਵੱਲੋਂ ਇਲਾਜ ਕੀਤਾ ਗਿਆ, ਉਹਨਾਂ ਦਾ ਚੈੱਕਅਪ ਪੂਰਾ ਕਰਾਇਆ ਗਿਆ, ਚੈੱਕ ਕਰਨਾ ਸੀ। ਬੈਸਟ ਹਸਪੀਟਲ ਸੀ ਪੰਜਾਬ ਦਾ ਬੈਸਟ ਹਸਪੀਟਲ ਸੀ, ਤਾਂ ਕਰਕੇ ਤੁਹਾਨੂੰ ਸਵੇਰੇ ਲੈ ਕੇ। ਨਹੀਂ ਦੇਖੋ ਸਵਾਲ ਇਹ ਹੈ ਕਿ ਜਦੋਂ ਮੈਨੂੰ ਤਕਲੀਫ ਹੀ ਕੋਈ ਨਹੀਂ ਸੀ
ਤਾਂ ਉੱਥੇ ਲਿਜਾਣ ਵਾਲੀ ਹਜੇ ਲੋੜ ਕੀ ਸੀ, ਕੀ ਕਿਹੜੇ ਹਾਲਾਤ ਸੀ ਜਿਹੜੇ ਉੱਥੇ ਲਿਜਾਣ ਦੀ ਲੋੜ ਪਈ? ਪਰਿਵਾਰ ਨਾਲ ਗੱਲ ਕਰਵਾਉਂਦੇ ਸੀ ਤੁਹਾਡੀ ਬੱਚੇ ਨਾਲ? ਨਹੀਂ ਬੱਚਿਆਂ, ਦੇਖੋ ਪਹਿਲੀ ਗੱਲ ਹੈ ਕਿ ਅਸੀਂ ਜਿਹੜੇ ਲੜਨ ਵਾਲੇ ਲੋਕ ਹੁੰਦੇ ਹਾਂ ਨਾ ਜੀ, ਪਰਿਵਾਰ ਨਾਲ ਬੱਚਿਆਂ ਨਾਲ ਗੱਲ ਕਰਨੀ, ਤੁਸੀਂ ਦੇਖਿਆ ਹੋਏਗਾ ਮੈਨੂੰ ਪਤਾ ਲੱਗਿਆ ਮਗਰੋਂ ਉਹ ਕੋਈ ਛੋਟੇ ਬੱਚੇ ਨੇ, ਮਤਲਬ ਇੱਕ ਵੀਡੀਓ ਪਾਈ ਆ ਬੱਚੇ ਨੇ, ਤੇ ਤੁਸੀਂ ਅਨੁਮਾਨ ਲਾ ਕੇ ਦੇਖੋ ਜੇ ਪਰਿਵਾਰ ਦਾ ਏਡਾ ਹੌਸਲਾ ਹੈ, ਇੰਨੇ ਹੌਸਲੇ 'ਚ ਪਰਿਵਾਰ ਹੈ, ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਪਰਵਾਹ ਨਹੀਂ ਗੀ ਕਿ ਮੈਂ ਕਿੱਥੇ ਆ ਕੇ। ਕਿਸ ਤਰ੍ਹਾਂ ਮੋਰਚੇ 'ਚ ਹਰੇਕ ਕੋਈ ਕਹਿੰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਚੱਕੇਗੇ ਤਾਂ ਕੋਈ ਗੱਲ ਨਹੀਂ, ਹਰ ਇੱਕ ਡੱਲੇਵਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਨੂੰ ਲੱਗਦਾ ਕਿ ਜੇਕਰ ਸਰਕਾਰ ਹੋਰ ਇੱਕ ਅੱਧਾ ਦਿਨ ਜਿੱਦ ਕਰੀ ਰੱਖਦੀ ਤੇ ਇੱਥੇ ਸਾਰਿਆਂ ਨੇ ਡੱਲੇਵਾਲ ਬਣ ਜਾਣਾ ਸੀ, ਸਾਰਿਆਂ ਨੇ ਮਰਨ ਵਰਤ ਇੱਥੇ ਸ਼ੁਰੂ ਕਰਨਾ ਨਹੀਂ। ਹਜੇ ਮਤਲਬ ਮੋਰਚਾ ਕੱਲ ਨੂੰ ਬੈਠ ਕੇ ਫੈਸਲਾ ਕਰੇਗਾ, ਲੇਕਿਨ ਮਰਨ ਵਰਤ ਜਾਰੀ ਰਹੇਗਾ, ਮੇਰਾ ਮਰਨ ਵਰਤ ਜਾਰੀ ਰਹੇਗਾ। ਥੋੜਾ ਇੰਤਜ਼ਾਰ ਹੋ ਰਿਹਾ ਸੀ, ਠੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਸਿਰਫ ਇਸੇ ਕਰਕੇ ਕਿ ਅਸੀਂ ਆਪਣੇ ਪ੍ਰਧਾਨ ਜੀ ਨੂੰ ਵਾਪਸ ਮੋਰਚੇ ਦੇਖੀਏ। ਦੇਖੋ ਉਹਨਾਂ ਦੀ ਮਿਹਨਤ ਆ ਜਿਹੜੀ ਲਗਾਤਾਰ ਜਿਸ ਤਰ੍ਹਾਂ ਦੇ ਫੈਸਲੇ ਲਏ ਕਿ ਅਸੀਂ ਕੱਲ ਦਾ ਪ੍ਰੋਗਰਾਮ ਦਿੱਤਾ ਵਾ ਸੀਗਾ ਪਰਸੋਂ ਦਾ ਕਿ ਅਸੀਂ ਭਗਵੰਤ ਮਾਨ ਦਾ ਘਰ ਘੇਰਨਾ ਹੈ, ਤਾਂ ਜੇ ਘਰ ਘੇਰਨ ਦਾ ਮਤਲਬ ਅਗਲਿਆਂ ਨੇ ਤਿਆਰੀ ਕੀਤੀ ਹੈ ਤਾਂ ਫਿਰ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਬੈਕਫੁੱਟ ਤੇ ਜਾਣਾ ਪੈਣਾ। ਸਮਝ ਦੇ ਸੰਗਤ ਦੇ ਇੰਨਾ ਪਿਆਰ ਦੇ ਨਾਲ ਹੋਰ ਜ਼ਿਆਦਾ ਜਿਹੜਾ ਤੁਹਾਨੂੰ ਦੇਖੋ ਇਹ ਤਾਂ ਕੋਈ ਦੋ ਰਾਵਾਂ ਨਹੀਂ, ਜਦੋਂ ਸੰਗਤ ਦਾ ਇੰਨਾ ਪਿਆਰ ਮਿਲਦਾ ਹੋਵੇ ਤਾਂ ਹੌਸਲਾ ਤੇ ਵੱਧਦਾ ਹੀ ਵੱਧਦਾ। 25 ਤਰੀਕ ਨੂੰ ਜਦੋਂ ਤੁਹਾਨੂੰ ਲੈ ਕੇ ਗਏ ਨੇ ਤਾਂ ਕਿਹੜੀ ਹਾਲਤ 'ਚ ਤੁਸੀਂ ਜਾਣਦੇ, ਸਭ ਤੋਂ ਵੱਧ ਵੀ ਕਿਸ ਰੂਪ ਦੇ ਵਿੱਚ ਪੁਲਿਸ ਤੁਹਾਨੂੰ ਲੈ ਗਈ? ਦੇਖੋ ਪੁਲਿਸ ਨੇ ਉਸ ਵੇਲੇ ਜਿਸ ਤਰ੍ਹਾਂ ਦਾ ਮਤਲਬ ਹਮਲਾ ਕੀਤਾ, ਜੋ ਬਾਅਦ ਦੇ ਵਿੱਚ ਮੈਨੂੰ ਗੱਲਾਂ ਪਤਾ ਲੱਗੀਆਂ ਕਿਉਂਕਿ ਸੁੱਤੇ ਪਏ ਸੀ ਸਾਰੇ ਮਤਲਬ ਸਾਥੀ ਇੱਥੇ, ਕਿਸੇ ਨੂੰ ਇਹ ਉਮੀਦ ਨਹੀਂ ਸੀਗੀ ਕਿ ਪੁਲਿਸ ਇੱਥੋਂ ਤੱਕਰ ਜਾਏਗੀ, ਤੋ ਸਾਰਿਆਂ ਦੇ ਪਹਿਲਾਂ ਆ ਕੇ ਇਹਨਾਂ ਨੇ ਕੁੰਡੇ ਕੰਡੇ ਲਾਏ ਆ, ਸਾਰਿਆਂ ਦੇ ਘਰ ਬੰਦ ਕੀਤੇ ਆ ਤਾਂ ਕਿ ਕੋਈ ਨੇੜੇ ਆ ਨਾ ਸਕੇ। ਔਰ ਸਾਡੇ ਵਾਲਾ ਜਿਹੜਾ ਸੀਗਾ ਉਹ ਮਤਲਬ ਫਾਈਬਰ ਦਾ ਬਣਿਆ ਇੱਕ ਘਰ ਸੀਗਾ, ਉਹਨੂੰ ਤੇ ਮਤਲਬ ਦੋ ਝਟਕਿਆਂ ਦੇ ਵਿੱਚ ਟੁੱਟ ਗਿਆ, ਔਰ ਉੱਥੋਂ ਫਿਰ ਮਤਲਬ ਜਿਸ ਹਾਲਤ ਨੇ ਉਹਨਾਂ ਪੁਲਿਸ ਕਰਮੀ ਸਨਮਾਨਿਤ ਵੀ ਕੀਤਾ ਗਿਆ ਜਿਹੜੇ ਇੱਥੇ ਆਏ ਸੀ। ਦੇਖੋ ਮੈਂ ਕਹਿੰਦਾ ਵੀ ਹਰਿਆਣੇ ਦੀ ਉੱਤੋਂ ਸਿੱਖ ਗਈ ਸਰਕਾਰ ਸਾਡੀ ਵੀ ਕਿ ਸਨਮਾਨਿਤ ਕਰਨਾ। ਪਹਿਲੀ ਤਾਂ ਗੱਲ ਇਹ ਹੈ ਵੀ ਉਹਨਾਂ ਦਾ ਸਨਮਾਨ, ਚਲੋ ਚੰਗੀ ਗੱਲ ਹੈ, ਮੈਂ ਕਹੂੰਗਾ ਵੀ ਸਾਡੇ ਹੀ ਅਫਸਰ ਨੇ, ਜੇ ਕੋਈ ਸਾਨੂੰ ਗ੍ਰਿਫਤਾਰ ਕਰਨ 'ਤੇ ਕਿਸੇ ਅਫਸਰ ਨੂੰ ਸਨਮਾਨ ਮਿਲਦਾ ਹੈ ਤਾਂ ਸਾਨੂੰ ਭਾਵੇਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਿਆ ਕਰਨ।